ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ। ਅਤੇ ਲਓ ਜੀ, ਕੱਲ੍ਹ ਆਪਾਂ ਤੁਹਾਨੂੰ ਦੱਸਿਆ ਸੀ ਪੁਲੀਆਂ ਪਾਲੀਆਂ ਜਾਂ ਹੋਰ ਕਰ ਲਿਆ ਤਾ ਕੰਮ, ਗਰੀਸ ਬੈਰਿੰਗ ਜੋ ਪੈਂਦਾ ਤਾ ਪਾਤਾ। ਅਤੇ ਅੱਜ ਆਪਾਂ ਕਲੱਚ ਦੀ ਵਾਰੀ ਆਈ ਆ, ਕਲੱਚ ਸਿੱਟਿਆ ਥੱਲੇ, ਹੁਣ ਦੇਖਦੇ ਹਾਂ ਇਹਦੇ 'ਚ ਕੀ ਨਿਕਲਦਾ, ਕੀ ਗੱਲਬਾਤ ਆ। ਅਤੇ ਇਹਨੂੰ ਚੈੱਕ ਕਰਾਂਗੇ ਅਤੇ ਉਹ ਤੋਂ ਬਾਅਦ ਫਿਰ ਆਪਾਂ ਉੱਧਰ ਫਿਟਿੰਗ ਕਰਾਂਗੇ, ਉੱਧਰਲੀ ਇੱਧਰਲੀ ਫਿਟਿੰਗ ਕਰਤੀ ਆ ਅਤੇ ਨਹੀਂ ਹੋਰ ਵੀਰੇ ਨਾਲ ਬਣਾਵੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੁਣ ਦੇਖਦੇ ਹਾਂ ਜੀ ਕਲੱਚ ਪਲੇਟ ਤਾਂ ਪੱਟ ਲਈ, ਇਹਦੇ ਵਿੱਚੋਂ ਕੀ ਜੁਗਾੜ ਨਿਕਲਦਾ। ਕਹਿੰਦੇ ਕਲੱਚ ਪਲੇਟ ਤਾਂ ਵੈਸੇ ਤਾਂ ਠੀਕ ਤੀ, ਕੰਮ ਕਰਦੇ ਤੀ ਸਹੀ, ਬਾਕੀ ਜੇ ਚੈੱਕ ਸਾਡਾ ਕੰਮ ਹੈ ਚੈੱਕ ਕਰਕੇ ਦੇਖਣਾ, ਫਰਜ਼ ਬਣਦਾ, ਸਾਡਾ ਫਰਜ਼ ਬਣਦਾ। ਹੁਣ ਜਦੋਂ ਰਿਪੇਅਰ ਦੇ ਕੰਮ ਕਰਦੇ ਆ, ਫਿਰ ਚੈੱਕ ਕਰਕੇ ਸਾਰਾ ਸਿਸਟਮ, ਗੇਅਰ ਬਾਕਸ ਚੈੱਕ ਕਰ ਲਿਆ ਉਹ ਸਹੀ ਆ ਜੀ, ਇਹ ਤੋਂ ਬਾਅਦ ਡੈਕਸਨਾ ਚੈੱਕ ਕਰਾਂਗੇ ਜੀ। ਚਲੋ ਫਿਰ ਦੇਖਦੇ ਹਾਂ ਜੀ, ਅੱਗੇ ਪਹੁੰਚਦੇ ਅੱਗੇ। ਲਓ ਜੀ ਕਲੱਚ ਪਲੇਟ ਕਰਤੀ, ਓਕੇ। ਬਾ ਮਾੜਾ ਮੋਟਾ ਹੀ ਕੰਮ ਸੀ, ਸਫਾਈ ਹੋਣੇ ਵਾਲੀ ਸੀ ਅਤੇ ਹਲਕਾ ਜਿਹਾ ਫਿੰਗਰ ਚੋਕ ਗਾ ਕਰਕੇ ਲੈਵਲ 'ਚ ਹੁਣ ਓਕੇ ਕਰਤੀ ਆ, ਸੈਟਿੰਗ ਕਰਕੇ ਪਾਤੀ ਦੁਬਾਰਾ। ਹੁਣ ਤੁਹਾਨੂੰ ਪਤਾ ਭਾਈ, ਦਿਖਾਉਣ ਵੇਲੇ ਥੋੜ੍ਹਾ ਜਿਹਾ ਵੀਡੀਓ ਬਣਾਉਣ ਨੂੰ ਵੀ ਕੋਈ ਬੰਦਾ ਚਾਹੀਦਾ, ਹੁਣ ਬੰਦਾ ਉਰੇ ਹੁੰਦਾ ਨਹੀਂ ਕੋਈ। ਇਹ ਮੁੰਡੇ ਕਹਿੰਦੇ ਅਸੀਂ ਨਹੀਂ ਬਣਾਉਣੀ। ਹੁਣ ਆਪਾਂ ਖੋਲਾਂਗੇ ਇਹਦੀਆਂ ਬ੍ਰੇਕਾਂ ਅਤੇ ਬਾਕੀ ਡੈਕਸ਼ਨਾਂ ਦਾ ਤੇਲ ਕੱਢ ਕੇ ਡੈਕਸ਼ਨ ਚੈੱਕ ਕਰਾਂਗੇ, ਡੈਕਸ਼ਨ ਚੈੱਕ ਕਰਕੇ ਫਿਰ ਇਹ ਸਾਈਡ ਕੰਪਲੀਟ ਹੋਊਗੀ ਜਿਹੜੀ। ਅਤੇ ਚਲੋ ਬਾਕੀ ਮਿਲਦੇ ਹਾਂ, ਚਾਹ ਆ ਗਈ, ਚਾਹ ਪੀ ਕੇ ਮਿਲਦੇ। ਲਓ ਜੀ ਬੈਲਡਿੰਗ ਵਾਲਾ ਘਰ ਹੀ ਲਿਆਂਦਾ ਅਤੇ ਕਰ ਰਿਹਾ ਕੰਮ, ਬੈੱਡ ਦੀ ਚਾਦਰ ਵਗੈਰਾ ਹੋਰ ਕੁਛਾਂ ਖਾਸਾ ਕੁਛ ਸੀਗਾ ਅਤੇ ਉਹ ਲਵਾਉਣ ਵਾਸਤੇ ਲਿਆਂਦਾ ਇੱਧਰ। ਪਹਿਲਾਂ ਤਾਂ ਇਹਨਾਂ ਦੀ ਆਹ ਦੇਖੋ ਤਾਰ ਟ੍ਰਾਂਸਫਾਰਮ ਤੋਂ ਸਿੱਧੀ ਆਉਂਦੀ ਆ ਬੈਲਡਿੰਗ ਸੈੱਟ ਲਈ। ਅਤੇ ਬਾਕੀ ਇੱਧਰ ਆਹ ਬੈਲਡਿੰਗ ਸੈੱਟ, ਆਹ ਫਿਰ ਬੈਲਡਿੰਗ ਸੈੱਟ, ਅਤੇ ਉਹ ਹੁਣ ਲੱਗਿਆ ਚਾਦਰ ਲਾਉਣ ਕਰਨ, ਜਿੱਥੇ ਟੋਟਾ ਟੁਕੜਾ ਕੁਛ ਲੱਗਦਾ। ਅਤੇ ਹੋਰ ਜੀਵਨ ਵੀਰੇ ਬੈਲਡਿੰਗ ਵਾਲਾ ਘਰ ਹੀ ਲਿਆਂਦਾ ਫਿਰ, ਹੈ ਆਹੋ ਬਹੁਤ ਕੰਮ ਸੀਗਾ ਫਿਰ, ਇੱਦਾਂ ਵਾਰ ਵਾਰ ਚੀਜ਼ਾਂ ਲਿਜਾਣੀਆਂ ਵੀ ਉਹ ਹੈ ਨਾ, ਇੱਕੋ ਵਾਰ ਲਿਆਂਦਾ। ਇੱਧਰ ਆ ਸਟਾਵ ਆਕਾ ਜਾਲੀ ਲੱਗਣ ਵਾਲੀ ਆ, ਕਦੀ ਥੋੜ੍ਹਾ ਜਿਹਾ ਇਹਦੇ ਵਿੱਚ ਫਰਕ ਸੀਗਾ, ਮਾੜਾ ਜਿਹਾ ਹਲਕਾ ਜਿਹਾ, ਉਹ ਕਰਾਂਗੇ ਹੁਣ ਸਹੀ। ਬਾਕੀ ਆ ਪਟੇ ਲੱਗਣ ਨੂੰ ਥੱਲੇ ਲਾਇਆ ਹੋਇਆ ਸਮਾਨ, ਪਟਾ ਲਾਉਣਾ ਤਾਂ। ਹੋਰ ਅਮਰੀਕ ਕੀ ਕਰੀ ਜਾਂਦਾ, ਹੈਂ ਬੈਰਿੰਗ ਸਾਫ ਕਰਦਾ ਅਮਰੀਕ, ਬਾਕੀ ਇੱਧਰ ਆਪਾਂ ਕਰਤਾ ਓਕੇ। ਬੈਲਟ ਬੁਲਟ ਚਾੜਤੀ, ਬ੍ਰੇਕ ਦਾ ਵੀ ਕੰਮ ਕਰਤਾ, ਪਿਨੀਅਨ ਕੱਢ ਕੇ ਦੇਖ ਲਿਆ ਤਾਂ ਆਪਾਂ ਨੇ, ਅਤੇ ਇੰਡਕਸ਼ਨ ਖੋਲ੍ਹ ਕੇ ਦੇਖ ਲਈ ਓਕੇ ਆ ਸਾਰਾ ਕੁਛ। ਅਤੇ ਇੱਧਰ ਚੇਂਜਰ ਚੁੰਜਰ ਸਾਰਾ ਕੁਛ ਕਰਤਾ, ਬੈਲਟਾਂ ਟਾਈਟ ਕਰਤੀਆਂ, ਆਹ ਸਾਈਡ ਤਾਂ ਪੂਰੀ ਓਕੇ ਹੀ ਆ ਸਾਰੀ। ਹੁਣ ਤੇਲ ਪੂਰਾ ਕਰਤਾ ਡੈਕਸ਼ਨਾਂ 'ਚ, ਬਾਕੀ ਇੱਧਰ ਸਟਾਵ ਵਾਕਰ ਕੱਢਿਆ ਇੱਧਰ 'ਤੇ ਦੋ ਨੰਬਰ, ਬਾਕੀ ਆ ਚਾਦਰ ਲੱਗੀ ਹੋਈ ਦੇਖ ਲਓ ਕਿਸ਼ਤੀਆਂ ਦੀ। ਕੱਲ੍ਹ ਨੂੰ ਆਪਣਾ ਨਿਬੜ ਜੂ ਕੰਮ, ਥੋੜ੍ਹਾ ਬਹੁਤਾ ਰਹਿ ਜੂ ਵੈਸੇ ਤਾਂ ਲੱਗੇ ਜਾਣਾ। ਫਿਰ ਵੀਰੋ ਨੇ ਲੱਗਿਆ, ਵੀਰਾ ਕਹਿੰਦਾ ਪੁਲੀ ਪਾਣੀ ਆ ਅੱਗੇ, ਦਿਖਾਉਂਦੇ ਹਾਂ ਤੁਹਾਨੂੰ। ਆ ਗਿਆ ਜੀ, ਬਾਕੀ ਸਮਾਨ ਆਇਆ ਹੋਇਆ। ਚਲੋ ਮਿਲਦੇ ਹਾਂ ਪੁਲੀ ਪਾ ਕੇ, ਦੇਖਦੇ ਹਾਂ ਕਰ ਲਈਏ ਪੁਲੀ ਦਾ ਕੰਮ, ਮਿਲਦੇ ਹਾਂ ਫਿਰ। ਲਓ ਜੀ ਪੁਲੀ ਵੀ ਫਿੱਟ ਹੋ ਗਈ ਅਤੇ ਬਾਕੀ ਹੁਣ ਬੈਲਡਿੰਗ ਵਾਲੇ ਦਾ ਕੰਮ ਰਹਿੰਦਾ ਮਾੜਾ ਮੋਟਾ, ਉਹ ਵਿਚਾਲੀ ਛੱਡ ਕੇ ਗਿਆ, ਲਾਈਟ ਚਲ ਗਈ ਤੀ ਪਹਿਲਾਂ, ਫਿਰ ਉਹਨੂੰ ਵੀ ਛੱਡ ਕੇ ਆਉਣਾ ਤਾਂ ਹਨੇਰਾ ਹੁੰਦਾ ਤਾ ਬਾਈ,
ਅਤੇ ਚਲੋ ਜਿਹੜੇ ਹੁਣ ਇੱਕ ਦੋ ਕੰਮ ਰਹਿ ਗਏ ਆ ਉਹ ਸਵੇਰੇ ਕਰਾਂਗੇ ਹੁਣ। ਬਾਕੀ ਆਪਾਂ ਤਾਂ ਸਵੇਰੇ ਲੰਘ ਜਾਣਾ ਦੂਈ ਮਸ਼ੀਨ 'ਤੇ ਪ੍ਰੀਤ 'ਤੇ। ਬਾਕੀ ਨਾ ਇਹਦਾ ਕੰਮ ਹੋਣ ਵਾਲਾ ਤਾ ਇਹਦਾ ਵੀ ਕਰਤਾ ਅੱਜ, ਰਬੜਾਂ ਰੁਬੜਾਂ ਪਾਤੀਆਂ ਆਪਾਂ ਨੇ ਅਤੇ ਬੈਰਿੰਗ ਚੈੱਕ ਕਰ ਲਏ ਇਹਦੇ। ਆਹ ਪੱਤੀ 'ਚ ਥੋੜ੍ਹਾ ਜਿਹਾ ਫਰਕ ਆ, ਇਹਨਾਂ ਨੇ ਨਾ ਵੈਲਡਿੰਗ ਕਰਾਈ ਹੋਈ ਆ, ਉਹ ਜਿਹੜੀ ਪੱਤੀ ਆ ਆਰਮ ਵਾਲੀ ਇਹ ਟੇਢੀ ਕਰਾ ਲਈ ਇਹਨਾਂ ਨੇ। ਚਲੋ ਬਾਕੀ ਉੱਦਾਂ ਚੱਲਦੀ ਆ ਪਰ ਥੋੜ੍ਹਾ ਜਿਹਾ ਫਰਕ ਨਾ ਬੈਰਿੰਗ ਨੂੰ ਪਾਉਂਦੀ ਆ, ਇਹਦੇ ਇਹਨਾਂ ਟੇਢ ਮਾਰ ਜਾਂਦਾ ਬੈਰਿੰਗ ਥੋੜ੍ਹਾ ਜਿਹਾ। ਹੁਣ ਇਹਨਾਂ ਨੂੰ ਤਾਂ ਕਹਿਤਾ ਸੀ ਕਿ ਵੀ ਨਵੀਂ ਲਿਆ ਕੇ ਪਾ ਲਓ, ਹੁਣ ਕੀ ਕਰੀਏ, ਕਹਿੰਦਾ ਇਹੀ ਚਲਾ ਦਿਉ। ਤੁਹਾਨੂੰ ਪਤਾ ਨਵੀਂ ਜੇ ਲਿਆ ਕੇ ਦਊਂਗੇ ਤਾਂ ਅਸੀਂ ਪਾਵਾਂਗੇ, ਆਪਣਾ ਤਾਂ ਕੰਮ ਇਹੀ ਜਿਹਾ। ਹੁਣ ਇਹਨੂੰ ਨਾ ਸਿੱਧੀ ਕਰਾਇਆ ਇਹਨਾਂ ਨੇ, ਬਥੇਰਾ ਕਿਹਾ ਮੰਨਦੇ ਨਹੀਂ। ਅਤੇ ਚਲੋ ਬਾਕੀ ਇੰਜਣ ਵਾਲੀ ਪੈਪ ਖੋਲਤੀ ਆ, ਇੰਜਣ ਦੀ ਪੈਪ ਲੀਕ ਤੀ ਇੱਥੇ ਅਤੇ ਉਹ ਹੁਣ ਨਵੀਂ ਮੰਗਾਈ ਆ, ਸਵੇਰੇ ਉਹ ਵੀ ਪਾਉਣਗੇ ਵੀਰੋ ਨੇ। ਅਤੇ ਆਪਾਂ ਤਾਂ ਚਲ ਜਾਣਾ ਪ੍ਰੀਤ ਮਸ਼ੀਨ 'ਤੇ, ਉਹ ਚਲਾਉਣੀ ਆ। ਬਾਕੀ ਕੰਮ ਇਹਦਾ ਓਕੇ ਹੀ ਆ, ਆਹ ਵੀ ਕਰਤਾ ਵਾ। ਅਤੇ ਸਵੇਰੇ ਤੁਹਾਨੂੰ ਦਿਖਾਵਾਂਗੇ ਪ੍ਰੀਤ ਮਸ਼ੀਨ 'ਤੇ ਚਲਾ ਕੇ ਉਹਨੂੰ। ਚਲੋ ਮਿਲਦੇ ਹਾਂ। ਲਓ ਜੀ ਕੰਮ ਆਪਣਾ ਨੇੜ 'ਚ ਆ, ਬਸ ਵੈਲਡਿੰਗ ਵਾਲੇ ਦਾ ਰਹਿ ਗਿਆ ਹੈ ਨਾ ਵੀਰੇ, ਅਤੇ ਵੈਲਡਿੰਗ ਵਾਲੇ ਦਾ ਕੱਲੋਂ ਵੈਲਡਿੰਗ ਕਰਾ ਕੇ ਐਲੀਵੇਟਰ ਨੂੰ। ਹਾਂ ਜੀ ਸਵੇਰੇ ਆਊਗਾ ਹੁਣ, ਐਲੀਵੇਟਰ ਚੱਲ ਗਈ ਦੀ ਵਿੱਚ, ਹਾਂ ਕੱਲੋਂ ਐਲੀਵੇਟਰ ਟੰਗ ਦਾਂਗੇ ਅਤੇ ਬਾਕੀ ਕੰਮ ਹੋਰ ਨੇੜੇ ਲੱਗ ਜੂਗਾ। ਅਤੇ ਹੁਣ ਆਪਾਂ ਨੂੰ ਮੈਨੂੰ ਤਾਂ ਸਵੇਰੇ ਉੱਧਰ ਜਾਣਾ ਪੈਣਾ ਉੱਧਰ, ਹਾਂ ਮਾਵਨ ਜਾਣਾ ਪੈਣਾ ਸਵੇਰੇ ਪ੍ਰੀਤ ਮਸ਼ੀਨ 'ਤੇ। ਹਾਂ ਅਤੇ ਦਿਖਾਵਾਂਗੇ ਤੁਹਾਨੂੰ, ਚਲਾਵਾਂਗੇ ਕੱਲ ਨੂੰ ਉਹ ਜਾ ਕੇ। ਅਤੇ ਬਾਕੀ ਅੱਜ ਦੀ ਸਾਡੀ ਵੀਡੀਓ ਇੱਥੇ ਤੱਕ, ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ, ਅਤੇ ਮਿਲਦੇ ਹਾਂ ਕੱਲ੍ਹ ਵਾਲੀ ਵੀਡੀਓ 'ਚ।